सत श्री अकाल, तुसीं वेख रहे हो जगबाणी टीवी ते मैं हाँ प्रिंस सुनियाल। पंजाब दे विच सिद्धू मूसे वाला कतलकांड लगातार पंजाब पुलिस प्रशासन की चिंता नूं वधा रहा है। तो उत्थे तुहानूं दस दईए कि जो सिद्धू मूसे वाला दे नाल साथी जख्मी होए सी उन्हां नूं DMC लुधियाणा दे विच भर्ती कराया गया सी, तां उन्हां दी हालत काफ़ी नाजुक उस वेले उत्थे दसी जा रही सी। तो तुहानूं दस दईए कि सुरक्षा कड़ी कर दिती गई है, सुरक्षा दा उत्थे इंतजाम जिहड़े 3 परतां दे विच कीता गया है, ना तो किसी को अंदर जान दिता जा रहा और ना ही किसी को फोटो खिंचना उत्थे अलाउड है, क्योंकि तुहानू दस दईए कि चश्मदीद गवाह ने उन्हां दे साथी जदों उन्होंने देखा सी उन्हां हमलावरां नूं, तां साडे सहयोगी पत्रकार लुधियाणा तो जुड़े हुए हैं नरिंदर दी, उत्थे सारी अपडेट देखते हैं। नरिंदर, की जानकारी है इस दे विच, जिहड़े उन्हां दे साथी हस्पताल दे विच भर्ती ने, पुलिस प्रशासन की की कार्रवाई है और क्यों नहीं अंदर जान दिता जा रहा? सो बिल्कुल, जिवें कि एक बार फिर दस दें कि पिछले एतवार जिहड़ा कि सिद्धू मूसेवाला ते मानसा दे विच जानलेवा हमला हुंदा वा, जिस दौरान सिद्धू मूसेवाला दी मौत हो जांदी, उन्हां दे नाल दो साथी जिहड़े कि उन्हां दी थार गड्डी दे विच मौजूद सीगे, गुरविंदर ते गुरप्रीत, सो उन्हां नूं वी गोलियां लगदियां ने, जख्मी हालत दे विच मानसा दे डॉक्टरां वल्लों उन्हां नूं लुधियाणा दे DMC वल शिफ्ट कर दित्ता जांदा वा। सो फिलहाल उन्हां दे जिहड़ी आ रिकवरी जिहड़ी आ हौली हौली हो रही है, उन्हां दे ऑपरेशन जिहड़े आ कल कीते भी गए ने, सो डॉक्टरां वल्लों फिलहाल गोलियां कर दित्तियां गईयां ने, गोलियां जिहड़ियां वा ਉਹ ਜਾਂਚ ਟੀਮਾਂ ਨੂੰ ਦਿੱਤੀਆਂ ਗਈਆਂ ਨੇ, ਕਿਉਂਕਿ ਗੋਲੀਆਂ ਦੇ ਬਹੁਤ ਸਾਰੇ ਛਰਲੇ, ਜਦੋਂ ਗੋਲੀ ਬੋਡੀ ਤੇ ਲੱਗਦੀ ਹੈ ਤਾਂ ਅੰਦਰ ਜਾ ਕੇ ਗੋਲੀ ਪਾੜ ਜਾਂਦੀ ਹੈ, ਕਈ ਤਰ੍ਹਾਂ ਦੇ ਛਰਲੇ ਜਿਹੜੇ ਨੇ ਉਹ ਬੋਡੀ ਦੇ ਵਿੱਚੋਂ ਕੱਢੇ ਗਏ ਨੇ, ਐਕਸ-ਰੇ ਕੀਤੇ ਗਏ, ਐਕਸ-ਰੇ ਦੇ ਵਿੱਚ ਕਈ ਤਰ੍ਹਾਂ ਦੇ ਛਰਲੇ ਜਿਹੜੇ ਨਜ਼ਰ ਆਏ ਨੇ। ਫਿਲਹਾਲ ਕਿੰਨੀਆਂ ਗੋਲੀਆਂ ਲੱਗੀਆਂ ਇਹ ਹਲੇ ਜਾਂਚ ਦਾ ਵਿਸ਼ਾ ਹੈ, ਕਿਉਂਕਿ ਡਾਕਟਰ ਦੱਸ ਰਹੇ ਨੇ ਕਿ ਜਦੋਂ ਵੀ ਬੋਡੀ ਦੇ ਅੰਦਰ ਗੋਲੀ ਲੱਗਦੀ ਹੈ ਤਾਂ ਕਈ ਤਰ੍ਹਾਂ ਦੀਆਂ ਗੋਲੀਆਂ ਜਿਹੜੀਆਂ ਅੰਦਰ ਫਟ ਜਾਂਦੀਆਂ ਨੇ, ਤਾਂ ਉਹਨਾਂ ਦੇ ਛਰਲੇ ਜਿਹੜੇ ਨੇ ਬਰਾਮਦ ਹੁੰਦੇ ਨੇ। ਡਾਕਟਰ ਵੱਲੋਂ ਕੱਲ੍ਹ ਉਹਨਾਂ ਦੇ ਆਪਰੇਸ਼ਨ ਕੀਤੇ ਗਏ ਨੇ, ਤਾਂ ਉਹਨਾਂ ਦੀ ਜਿਹੜੀਆਂ ਗੋਲੀਆਂ ਕੱਢੀਆਂ ਗਈਆਂ ਨੇ, ਡਾਕਟਰ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਜਰੀਆਂ ਕਈ ਤਰ੍ਹਾਂ ਦੀ ਸਰਜਰੀਆਂ ਦੇ ਹੋਣ ਵੀ ਹੋਰ ਵੀ ਹੋਣੀਆਂ ਬਾਕੀ ਨੇ, ਜਿਨ੍ਹਾਂ ਦੀ ਸਰਜਰੀ ਕੀਤੀ ਜਾਣੀ ਆ ਸੁਰੱਖਿਆ ਨੂੰ ਲੈ ਕੇ, ਕਿਉਂਕਿ ਉਹ ਮੁੱਖ ਗਵਾਹ ਵੀ ਹੈਗੇ ਨੇ, ਉਹ ਸਿੱਧੂ ਮੂਸੇਵਾਲਾ ਦੇ ਨਾਲ ਮੌਜੂਦ ਸੀਗੇ, ਉਹਨਾਂ ਦੀ ਸੁਰੱਖਿਆ ਜਿਹੜੀ ਆ ਵਧਾ ਦਿੱਤੀ ਗਈ ਆ, ਐਮਰਜੈਂਸੀ ਤੋਂ ਲੈ ਕੇ ਜਿਹੜੇ ਵਾਰਡ 'ਚ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਵਾ, ਉੱਥੇ ਪੁਲਿਸ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ, ਕਈ ਤਰ੍ਹਾਂ ਦੀ ਪੁਲਿਸ ਜਿਵੇਂ ਕਿ ਸਿਵਲ ਵਰਦੀ ਦੇ ਵਿੱਚ ਪੁਲਿਸ ਦੇ ਮੁਲਾਜ਼ਮ, ਵਰਦੀ ਦੇ ਵਿੱਚ ਪੁਲਿਸ ਦੇ ਮੁਲਾਜ਼ਮ ਹਥਿਆਰਾਂ ਨਾਲ ਪੁਲਿਸ ਜਿਹੜੀ ਆ ਉਹ ਤੈਨਾਤ ਕੀਤੀ ਗਈ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਨਾ ਹੋ ਸਕੇ। ਇਲਾਜ ਜਿਹੜਾ ਵਾ ਉਹਨਾਂ ਦੇ ਲੁਧਿਆਣਾ ਦੇ DMC ਹਸਪਤਾਲ ਦੇ ਵਿੱਚ ਚੱਲ ਰਿਹਾ ਵਾ। ਤਸਵੀਰਾਂ ਇੱਕ ਵਾਰ ਦਿਖਾ ਦਿੰਦੇ ਹਾਂ, ਲੁਧਿਆਣਾ ਦੇ DMC ਹਸਪਤਾਲ, ਉਹੀ ਹਸਪਤਾਲ ਆ ਜਿੱਥੇ ਗੁਰਵਿੰਦਰ ਤੇ ਗੁਰਪ੍ਰੀਤ ਦਾਖਲ ਨੇ। ਸੋ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਕਿਸੇ ਨੂੰ ਵੀ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਆ। ਜਿਹੜੇ ਵਾਰਡ 'ਚ ਉਹਨਾਂ ਨੂੰ ਸ਼ਿਫਟ ਕੀਤਾ ਗਿਆ, ਜਿਹੜੇ ਵਾਰਡ 'ਚ ਉਹਨਾਂ ਨੂੰ ਰੱਖਿਆ ਗਿਆ ਵਾ, ਉੱਥੇ ਕੋਈ ਵੀ ਜਿਹੜਾ ਵਾ ਵਿਅਕਤੀ ਨਹੀਂ ਜਾ ਸਕਦਾ। ਅਗਰ ਕਿਸੇ ਅਧਿਕਾਰੀ ਨੇ ਵੀ ਅੰਦਰ ਜਾਣਾ ਵਾ ਤਾਂ ਉਹਦੀ ਪਰਮਿਸ਼ਨ ਜਿਹੜੀ ਆ ਲੈਣੀ ਪਵੇਗੀ, ਚਾਹੇ ਉਹ ਪੁਲਿਸ ਮੁਲਾਜ਼ਮ ਹੋਵੇ, ਚਾਹੇ ਕੋਈ ਵੀ ਅਧਿਕਾਰੀ ਹੋਵੇ, ਕਿਉਂਕਿ ਵਾਰਦਾਤਾਂ ਹੋ ਰਹੀਆਂ ਨੇ, ਕੋਈ ਵੀ ਵਰਦੀ ਪਾ ਕੇ ਆ ਸਕਦਾ, ਕੋਈ ਵੀ ਡਾਕਟਰ ਦੀ ਯੂਨੀਫਾਰਮ ਪਾ ਕੇ ਆ ਸਕਦਾ। ਸੋ ਸਾਰੀ ਜਿਹੜੀ ਆ ਉਹਨਾਂ ਦੀ ਜਾਣਕਾਰੀ ਰਿਸੀਵ ਕੀਤੀ ਜਾ ਰਹੀ ਆ, ਨਾਮ ਉਹਨਾਂ ਦੇ ਨੋਟ ਕੀਤੇ ਗਏ ਨੇ, ਕਿਹੜਾ ਕਿਹੜਾ ਅਧਿਕਾਰੀ ਜਾਂ ਉਹਨਾਂ ਨੂੰ ਕਿਹੜਾ ਕਿਹੜਾ ਮਿਲਣ ਦਾ ਅਧਿਕਾਰੀ ਜਿਹੜਾ ਵਾ ਅੰਦਰ ਜਾ ਸਕਦਾ ਵਾ। ਸੋ ਇਹ ਪਰਮਿਸ਼ਨਾਂ ਜਿਹੜੀਆਂ ਪਹਿਲਾਂ ਲੈਣੀਆਂ ਪੈਣਗੀਆਂ, ਜਿਵੇਂ ਕਿ ਦੱਸ ਰਹੇ ਕਿ ਕਈ ਤਰ੍ਹਾਂ ਦੀ ਲੇਅਰ ਦੇ ਵਿੱਚ ਸਿਕਿਉਰਿਟੀ ਜਿਹੜੀ ਆ ਉਹਨਾਂ ਦੇ ਤੈਨਾਤ ਕੀਤੀ ਗਈ ਆ, ਕਿਸੇ ਵੀ ਜਿਹੜੇ ਉਹਨਾਂ ਦੇ ਮਿਲਣ ਵਾਲੇ ਚਾਹਵਾਨ ਨੇ ਉਹਨਾਂ ਨੂੰ ਮਿਲਣ ਆਉਂਦੇ ਨੇ, ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਮਿਲਣ ਆਉਂਦੇ ਨੇ, ਪੂਰੀ ਪੁੱਛ ਪੜਤਾਲ ਕੀਤੀ ਜਾ ਰਹੀ ਆ। ਸੋ ਜਿਹੜੇ ਸਾਥੀ ਨੇ ਹਾਲਤ ਜਿਹੜੀ ਉਹਨਾਂ ਦੀ ਜਿਹੜੀ ਆ ਸਿਥਰ ਦੱਸੀ ਜਾ ਰਹੀ ਆ, ਇਲਾਜ ਉਹਨਾਂ ਦਾ ਚੱਲ ਰਿਹਾ ਵਾ। ਡਾਕਟਰਾਂ ਨੇ ਕਿਹਾ ਕਿ 3 ਤਰ੍ਹਾਂ ਦੀਆਂ ਜਿਹੜੀਆਂ ਸਰਜਰੀਆਂ ਜਿਹੜੀਆਂ ਹਾਲੇ ਕਈ ਤਰ੍ਹਾਂ ਦੀ ਸਰਜਰੀਆਂ ਜਿਹੜੀਆਂ ਉਹਨਾਂ ਦੀ ਹੋਣੀਆਂ ਨੇ। ਦੱਸਿਆ ਜਾ ਰਿਹਾ ਕਿ ਗੁਰਪ੍ਰੀਤ ਦੇ 2 ਦੇ ਕਰੀਬ ਜਿਹੜੀਆਂ ਗੋਲੀਆਂ ਲੱਗੀਆਂ ਨੇ। ਸੋ ਇਹ ਹਾਲੇ ਕਿ ਜਿਵੇਂ ਦੱਸ ਰਹੇ ਨੇ ਕਿ ਜਦੋਂ ਗੋਲੀ ਲੱਗਦੀ ਹੈ ਤਾਂ ਕਈ ਤਰ੍ਹਾਂ ਦੇ ਛਰਲੇ ਅੰਦਰ ਬਣ ਜਾਂਦੇ ਨੇ, ਕਿੰਨੀਆਂ ਗੋਲੀਆਂ ਜਾਂਚ ਦਾ ਵਿਸ਼ਾ। ਫਿਰ ਡਾਕਟਰਾਂ ਦੇ ਕਹਿੰਦੇ ਕਿ 2 ਗੋਲੀਆਂ ਦੇ ਕਰੀਬ ਜਿਹੜੀਆਂ ਵਾ ਗੁਰਪ੍ਰੀਤ ਨੂੰ ਲੱਗੀਆਂ ਨੇ, ਇਸੇ ਤਰ੍ਹਾਂ ਗੁਰਵਿੰਦਰ ਦੀ ਜਿਹੜੀ ਆ ਬਾਜੂ 'ਤੇ 1 ਗੋਲੀ ਲੱਗੀ ਆ। ਸੋ ਬਾਜੂ ਜਿਹੜਾ ਵਾ ਪੂਰੀ ਤਰ੍ਹਾਂ ਪਾੜ ਪਿਆ ਵਾ, ਉਸ ਨੂੰ ਜਿਹੜਾ ਵਾ ਸਰਜਰੀ ਕੀਤੀ ਗਈ ਆ, ਇਲਾਜ ਹਲੇ ਚੱਲ ਰਿਹਾ ਵਾ। ਡਾਕਟਰ ਨੇ ਇਹ ਵੀ ਕਿਹਾ ਕਿ ਹਲੇ ਲੰਬਾ ਸਮਾਂ ਲੱਗੇਗਾ ਇਲਾਜ ਦੇ ਲਈ, ਉਹਨਾਂ ਨੂੰ ਜਲਦੀ ਜਿਹੜੀ ਹੈ ਛੁੱਟੀ ਵੀ ਨਹੀਂ ਦਿੱਤੀ ਜਾ ਸਕਦੀ। ਇੱਥੇ ਇਹ ਵੀ ਗੱਲ ਦੱਸਦੀ ਹੈ ਕਿ ਅੱਜ ਜੋ ਸੂਤਰ ਜਾਣਕਾਰੀ ਦੇ ਰਹੇ ਨੇ, ਸੋ ਇਹਦੇ 'ਚ ਵੱਡੀ ਖਬਰ ਇਹ ਹੈ ਕਿ ਜਿਹੜੀ ਸੂਤਰ ਜਾਣਕਾਰੀ ਦੇ ਰਹੇ ਨੇ, ਮਾਨਸਾ ਪੁਲਿਸ ਦੇ ਜਿਹੜੇ ਅਧਿਕਾਰੀ ਨੇ, ਜਿਹੜੀ ਜਾਂਚ ਟੀਮਾਂ ਨੇ, ਉਹ ਅੱਜ ਇੱਥੇ ਪਹੁੰਚਿਆ ਸੀ ਸਵੇਰੇ, ਉਹਨਾਂ ਨੇ ਬਿਆਨ ਵੀ ਦਰਜ ਕੀਤੇ ਨੇ, ਕਿਉਂਕਿ ਜਦੋਂ ਗੋਲੀਆਂ ਲੱਗੀ ਸੀ ਉਦੋਂ ਉਹਨਾਂ ਦੀ ਕੰਡੀਸ਼ਨ ਜਿਹੜੀ ਉਹ ਠੀਕ ਨਹੀਂ ਸੀਗੀ, ਹੁਣ ਉਹਨਾਂ ਦੇ ਆਪਰੇਸ਼ਨ ਹੋ ਚੁੱਕੇ ਨੇ, ਕੰਡੀਸ਼ਨ ਜਿਹੜੀ ਉਹਨਾਂ ਦੀ ਠੀਕ ਦੱਸੀ ਜਾ ਰਹੀ ਆ। ਸੋ ਉਹਨਾਂ ਦੇ ਅੱਜ ਬਿਆਨ ਵੀ ਲਿੱਤੇ ਗਏ ਨੇ ਕਿ ਕਿੰਨੇ ਵਿਅਕਤੀ ਸੀ, ਕਿੰਨੇ ਵਿਅਕਤੀਆਂ ਨੇ ਉਹਨਾਂ ਦੇ ਗੋਲੀਆਂ ਚਲਾਈਆਂ ਸੀ, ਗੋਲੀ ਪਹਿਲਾਂ ਅੱਗਿਓ ਚੱਲੀ ਜਾਂ ਪਿੱਛੋਂ ਚੱਲੀ ਆ। ਸੋ ਇਸ ਤਰ੍ਹਾਂ ਦੇ ਬਿਆਨ ਵੀ ਜਿਹੜੇ ਨੇ, ਜਿਹੜੇ ਸੀਨੀਅਰ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਸੀਗੇ, ਜੋ ਸੂਤਰ ਜਾਣਕਾਰੀ ਦੇ ਰਹੇ ਨੇ, ਹਾਲਾਂਕਿ ਆਫੀਸ਼ੀਅਲ ਜਾਣਕਾਰੀ ਜਿਹੜੀ ਆ ਨਾ ਤਾਂ DMC ਵੱਲੋਂ ਦਿੱਤੀ ਜਾ ਰਹੀ ਹੈ, ਨਾ ਕਿ ਸੀਨੀਅਰ ਅਧਿਕਾਰੀ ਕੋਲ ਦਿੱਤੀ ਜਾ ਰਹੀ ਹੈ। ਜੋ ਸੂਤਰ ਜਾਣਕਾਰੀ ਦੇ ਰਹੇ ਨੇ, ਕਰੀਬ ਸਵੇਰੇ ਜਿਹੜਾ ਵਾ 10 ਵਜੇ ਦਾ ਸਮਾਂ ਦੱਸਿਆ ਗਿਆ, 9-10 ਵਜੇ ਦੇ ਸਮੇਂ ਦੇ ਕਰੀਬ ਸੀਨੀਅਰ ਅਧਿਕਾਰੀ ਪਹੁੰਚਦੇ ਨੇ ਇੱਥੇ, ਉਹਨਾਂ ਦੀ ਪੁੱਛਗਿੱਛ ਵੀ ਕਰਦੇ ਨੇ। ਜਿਹੜੇ ਸਾਥੀ ਉਹਨਾਂ ਦੇ ਨੇ, ਉਹਨਾਂ ਦੇ ਨਾਲ ਜਦੋਂ ਮੌਜੂਦ ਸੀ, ਇਹ ਕਿਹੜੇ ਸਾਥੀ ਨੇ, ਕਿੱਥੋਂ ਦੇ ਰਹਿਣ ਵਾਲੇ ਆ? ਮਾਨਸਾ ਦੇ ਹੀ ਰਹਿਣ ਵਾਲੇ ਨੇ ਜਾਂ ਕਿਤੇ ਹੋਰ ਦੇ ਰਹਿਣ ਵਾਲੇ ਨੇ?
देखो प्रिंस, हले पूरी तरह जानकारी नहीं मिल पा रही है क्योंकि जिस दिन दे एडमिट ने उस दिन तो ही उन्होंने मिलन नहीं दिता जा रहा। परिवारिक मैंबर या उन्होंने दोस्तों वालों भी किसी तरह की कोई पुष्टि नहीं की गई कि कौन लड़के ने कितों के ने सिद्धू मूसेवाला जो कि दस रहे हैं कि सिद्धू मूसेवाला रात देर रात सौंदा सी सवेरे जो लेट उठता दुपहरे उन्होंने घर जाते हैं, उस तो बाद उन्होंने लंच करते हैं, उस तो बाद सिद्धू मूसेवाला अपने मासड़ मासी को मिलन के लिए मानसा तो बरनाला रोड वाल जाता वा। उन्होंने रिश्तेदार करीब 7 तो 8 किलोमीटर घर की 7 तो 8 किलोमीटर की दूरी से रेंदे ने, उन्होंने मिलन के लिए जाता वा। जो सिद्धू मूसेवाला के दोस्तों ने बयान भी जोड़े दर्ज कराए ने उसे लिखाया गया कि असी क्या भी सिद्धू मूसेवाला कि भाई जी गड्डी बुलेट प्रूफ है वह चक लीती जाए, पर उन्हें कहा कि 6-7 किलोमीटर की दूरी से जाना किसी तरह का कोई डर नहीं है, असी आन जान करना वा आके वापस आ जाएंगे। सो इस दौरान उन्होंने अटैक हो जाता वा। यह भी दसा जाता कि उन्होंने को एक वैपन भी सी अपनी, उन्होंने लोडेड वैपन से उसनों भी यूज किया। सिद्धू बाई का जो जिगरा से पूरा मतलब दलेर से जिस टाइम गोलियां लग रही थी उस तक वक्त भी उसने हौसला नहीं हारिया। सो इस तरह स्टेटमेंटा दी गई ने। इस तों अलावा जो उन्होंने साथी ने जो इतने दाखिल ने भी जो डॉक्टर दस रहे हैं कि जो इतने लियाए गए वह भी दलेरी दिखा रहे थे, किसी तरह की उन्होंने कोई घबराहट नहीं सी नजर आ रही क्योंकि गोलियां लगी सी बहुत ज्यादा क्रिटिकल कंडीशन सी उस वक्त उन्होंने, पर उन्होंने भी किसी तरह की परवाह नहीं की जिस करके उन्होंने रिकवरी भी जी जल्दी हो रही है क्योंकि दलेरी दिखा रहे हैं। जानकारी थोड़े नाल असी सांझिया करते रहेंगे। तो इस दौरान वड्डी खबर यह है कि उन्होंने सुरक्षा उत्थे वधा दी गई है, तो कहा जा रहा है कि उन्होंने ऑपरेशन जिहड़ा सक्सैसफुली हो चुका है, जान खतरे तो बाहर है। उन्होंने बयान के आधार पर पुलिस ने जानकारी सारी उन्होंने लै लीती है कि क्यों किवें हमला होया सी, किन्ने हमलावर सीगे, ता सारी जानकारी उन्होंने साथियों ने यह भी दी है कि सिद्धू बाई नूं जदों कह रहे सी कि गड्डी बुलेट प्रूफ लजाण की गल भी उन्होंने की सी, पर सारे मामले की जांच लगातार जारी है और की इस दे विच वड्डी अपडेट आएगी वह भी असीं तुहाडे नाल सांझी करांगे। तो अहम जानकारियां लगातार सिद्धू मूसेवाला कतलकांड नूं लैके असीं तुहाडे नाल सांझी कर रहे हैं, बने रहो इस तरह तुहाडे नाल जानकारियां सांझी करते रहांगे कि अपडेट इस मामले नूं लैके आउंदी है।